इस वेले दी वड्डी खबर श्री मुक्तसर साहब दे हलका मलोड़ तो आ रही है, जिथे बीडीपीओ दफ्तर दे विच देर रात कुछ अणपछाते लोगों के वलों खालिस्तान के नारे लिख दिते गए, जिसकी वीडियो भी गुरप्रीत सिंह पन्नू द्वारा सोशल मीडिया उत्ते सांझी की गई है। मौके उत्ते पहुंची पुलिस ने खालिस्तान के लिखे गए नारियां नूं मटवाया। ਤੁਹਾਨੂੰ ਪਤਾ ਲੱਗਿਆ ਇਸ ਗੱਲ ਦਾ? ਸਰ ਮੈਨੂੰ ਕੋਈ ਪਤਾ ਨਹੀਂ ਲੱਗਿਆ ਜੀ, ਰਾਤ ਨੂੰ ਇੱਥੇ ਦੀਵਾਰਾਂ ਟੁੱਟੀਆਂ ਹੋਈਆਂ ਸਾਰੀਆਂ, ਇੱਥੇ ਰਾਤ ਨੂੰ ਕੋਈ ਲੱਗ ਗਿਆ ਹੋਵੇ ਤਾਂ ਪਤਾ ਨਹੀਂ ਲੱਗਿਆ। ਚੌਕੀਦਾਰ ਦੀ ਡਿਊਟੀ ਕਰਦੇ ਹੋ, ਤੁਹਾਨੂੰ ਪਤਾ ਹੀ ਨਹੀਂ ਕੌਣ ਆ ਕੇ ਕੀ ਲਿਖ ਗਿਆ ਜੀ, ਕੀ ਕਰਦੇ ਕਿ ਰਾਤ ਸੌਂ ਗਏ ਸੀ ਤੁਸੀਂ? ਰਾਤ ਹੁਣ ਇੱਥੇ ਹਨੇਰਾ ਰਹਿੰਦਾ ਜੀ, ਤਾਂ ਪਤਾ ਨਹੀਂ ਲੱਗਦਾ। ਸਵੇਰੇ ਕਿਹਨੂੰ ਪਤਾ ਲੱਗਿਆ ਲਿਖਿਆ ਦਾ? ਪਤਾ ਲੱਗਿਆ ਤੁਸੀਂ ਆਪ ਉੱਠ ਕੇ? ਨਹੀਂ, ਸਵੇਰੇ ਪਤਾ ਲੱਗਿਆ ਇੱਥੇ। ਸਭ ਤੋਂ ਪਹਿਲਾਂ ਕਿਹਨੂੰ ਪਤਾ ਲੱਗਿਆ, ਕਿਹਨੇ ਇਤਲਾਹ ਦਿੱਤੀ ਪੁਲਿਸ? ਇਹ ਪੁਲਿਸ ਹੀ ਆਈ ਇੱਥੇ। ਨਹੀਂ, ਪੁਲਿਸ ਨੂੰ ਦੱਸਿਆ ਹੀ ਹੋਣਾ ਕਿਸੇ ਨੇ? ਨਹੀਂ, ਪੁਲਿਸ ਨੂੰ ਪੁੱਛਿਆ, ਅਸੀਂ ਤੁਹਾਨੂੰ ਦੱਸਿਆ ਜੀ। ਅੱਛਾ, ਨਹੀਂ ਤੁਹਾਨੂੰ ਲੱਗਦਾ ਨਹੀਂ ਵੀ ਤੁਹਾਡੀ ਡਿਊਟੀ ਦੇ ਵਿੱਚ ਤੁਸੀਂ ਕਤਾਈ ਵਰਤੀ ਹੈ, ਕਿਉਂਕਿ ਕੋਈ ਸ਼ਖਸ ਹੋਰ ਵੀ ਨੁਕਸਾਨ ਪਹੁੰਚਾ ਸਕਦਾ ਸੀ ਇੱਥੇ? ਹਾਂਜੀ ਹਾਂਜੀ, ਉਹ ਤਾਂ ਹੈ ਜੀ। ਇੱਕ ਹੀ ਚੌਂਕੀਦਾਰ ਤੁਸੀਂ ਕਿ ਹੋਰ? ਇੱਕ ਹੀ। ਕੋਈ ਕੈਮਰੇ ਕੁਮਰੇ ਲੱਗੇ ਨੇ ਇੱਥੇ? ਨਹੀਂ, ਕੋਈ ਕੈਮਰਾ ਨਹੀਂ। ਹਾਂਜੀ ਬਾਈ ਜੀ, ਅੱਜ ਬੀ ਡੀ ਓ ਦਫ਼ਤਰ ਮਲੋਟ 'ਚ ਕੁਝ ਦੇਸ਼ ਵਿਰੋਧੀ ਨਾਅਰੇ ਲਿਖੇ ਗਏ ਸੀਗੇ। ਹਾਂਜੀ, ਤੁਸੀਂ ਦੇਖਿਆ ਕਿੰਨੇ ਵਜੇ, ਕਿਉਂਕਿ ਤੁਹਾਡੀ ਗੱਡੀ ਉੱਥੇ ਨੇੜੇ ਖੜੀ ਹੈ? ਮੈਂ ਸਰ ਜੀ 2 ਮਿੰਟ 9 ਵਜਣ ਤੋਂ ਪਹਿਲਾਂ ਆ ਜਾਣਾ, ਮੇਰੀ ਆਦਤ ਸੀ ਜੀ, ਤਾਂ ਮੈਂ ਉੱਥੇ ਹੀ ਗੱਡੀ ਲਾਉਣਾ ਹੈ ਜੀ। ਅਤੇ ਜਦੋਂ ਮੈਂ ਗੱਡੀ ਲਾਈ, ਪੁਲਿਸ ਮੁਲਾਜ਼ਮ ਐਸ ਐਚ ਸਾਹਿਬ ਮੇਰੇ ਕੋਲ ਆਏ ਜੀ, ਮੈਨੂੰ ਪੁੱਛਦੇ ਤੁਸੀਂ ਇੱਥੇ ਜੋਬ ਕਰਦੇ? ਮੈਂ ਹਾਂਜੀ, ਅਤੇ ਤੁਹਾਡੀ ਕੀ ਪੁੱਛ? ਮੈਂ ਹੀ ਪੰਚਾਇਤ ਅਫਸਰ ਹਾਂ ਜੀ। ਅਤੇ ਆਂਦੇ ਨਾਅਰੇ ਲਿਖੇ ਪਏ ਨੇ, ਮੈਂ ਜੀ ਕੱਲ੍ਹ ਤਾਂ ਨਹੀਂ ਲਿਖੇ, ਰਾਤ ਕੋਈ ਲਿਖ ਚਲਿਆ ਗਿਆ, ਬਸ ਇੰਨੀ ਗੱਲ ਕਰਕੇ ਤਾਂ ਮੈਨੂੰ ਕਦੇ ਫੋਟੋ ਨਹੀਂ ਖਿੱਚੀ, ਮੈਂ ਚੁੱਪ ਕਰਕੇ ਫਿਰ ਆਪਦਾ ਅੰਦਰ ਆ ਗਿਆ। ਠੀਕ ਹੈ, ਬਸ ਇੰਨੀ ਗੱਲ। ਤੁਹਾਡੇ ਆਉਣ ਤੋਂ ਪਹਿਲਾਂ ਇਨਫੋਰਮੇਸ਼ਨ ਦਿੱਤੀ ਸੀ ਕਿਸੇ ਨੇ? ਨਹੀਂ, ਉਹ ਕਿਸੇ ਦਿੱਤੀ, ਮੈਨੂੰ ਨਹੀਂ ਪਤਾ। ਇਨੋਵਾ ਗੱਡੀ ਖੜ੍ਹੀ ਸੀ, 007, ਉਹ ਗੱਡੀ ਖੜ੍ਹੀ ਸੀ, ਮੈਨੂੰ ਨਹੀਂ ਪਤਾ ਕਿੰਨੇ ਇਨਫੋਰਮੇਸ਼ਨ ਦਿੱਤੀ, ਕਿੰਨੇ ਉਹਨਾਂ ਨੂੰ ਦੱਸਿਆ, ਬਸ ਮੈਂ ਤਾਂ ਆਪਦਾ ਉਹਨੂੰ ਕਿਹਾ, ਮੈਂ ਆਪਦੀ ਗੱਡੀ ਲੋਕ ਲਾਇਆ ਤਾਂ ਮੈਂ ਅੰਦਰ ਆ ਗਿਆ। ਕੀ ਕੁਛ ਲਿਖਿਆ ਹੋਇਆ ਸੀ ਤੁਸੀਂ ਪੜ੍ਹਿਆ ਹੋਣਾ? ਇੱਕ ਤਾਂ ਕਿਸਾਨਾਂ ਦਾ ਲਿਖਿਆ ਸੀ ਜੀ, ਅਤੇ ਇੱਕ ਲਿਖਿਆ ਸੀ ਖਾਲਿਸਤਾਨ ਜਿੰਦਾਬਾਦ। ਕਿਸਾਨਾਂ ਬਾਰੇ ਕੀ ਸ਼ਬਦ ਲਿਖੇ? ਉਹ ਲਿਖੇ ਕਿਸਾਨ ਜਿਹਦੀ ਮੌਤ ਮੂਤ ਹੋ ਜਾਂਦੀ, ਉਹਦੇ ਬਾਰੇ ਲਿਖ, ਥੱਲੇ ਲਿਖੇ ਖਾਲਿਸਤਾਨ ਜਿੰਦਾਬਾਦ। ਠੀਕ ਹੈ, ਇਹ ਸ਼ਟਰ 'ਤੇ ਵੀ 2-3 ਥਾਂ? ਹਾਂ, ਸ਼ਟਰ 'ਤੇ ਤਾਂ ਉੱਥੇ ਹੀ ਬਸ ਲਿਖਿਆ, ਹੋਰ ਕਿਤੇ ਨਹੀਂ ਲਿਖਿਆ। ਠੀਕ ਹੈ, ਤੁਹਾਡਾ ਇੱਥੇ ਕੋਈ ਚੌਕੀਦਾਰ ਹੁੰਦਾ ਹੋਣਾ ਰੈਗੂਲਰ? ਮਨੋਦ ਹੁੰਦਾ ਜੀ ਜੀ, ਉਹ ਵੇਖੋ ਜੀ, ਉਹਨੂੰ ਪਤਾ ਕਿੰਨੇ, ਉਹ ਵੀ ਆਉਂਦਾ, ਮੈਨੂੰ ਨਹੀਂ ਪਤਾ ਜੀ। ਮੈਂ ਜਦੋਂ ਸੱਦਿਆ, ਐਸ ਐਚ ਓ ਨੇ ਕਿਹਾ ਸੱਦੋ ਉਹਨਾਂ ਨੂੰ, ਮੈਂ ਸੱਦਿਆ, ਤਾਂ ਮੈਨੂੰ ਨਹੀਂ ਇਹਦੇ ਬਾਰੇ ਪਤਾ। ਕੋਈ ਕੈਮਰਾ ਕੁਮਰੇ ਲੱਗੇ? ਕੋਈ ਕੈਮਰੇ ਦਫ਼ਤਰ ਨਹੀਂ ਲੱਗੇ ਸਰ ਜੀ ਸਾਡੇ। ਹਾਂਜੀ, ਠੀਕ ਹੈ, ਠੀਕ ਹੈ ਸਰ, ਥੈਂਕ ਯੂ। ਆਰ 90 ਨਿਊਜ਼ ਦੇ ਲਈ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ।